ਆਵਾਮ ਮੇਲੇ 'ਤੇ ਆਉਂਦੀ ਹੈ ਪਈ ਅਤੇ ਜਾਂਦੀ ਹੈ ਪਈ, ਇਹ ਆਵਾਮ ਆਉਣ ਵੀ ਡਈ ਹੈ ਅਤੇ ਜਾਣ ਵੀ ਡਈ ਹੈ। ਬਹੁਤ ਹੀ ਵੱਡਾ ਭੰਗੂੜਾ ਵਾ, ਵੇਖੋ ਚੱਲਦਾ ਪਿਆ, ਕਿੰਨੀਆਂ ਡੋਲੀਆਂ ਨੇ ਇਹਦੇ 'ਤੇ, ਅਤੇ ਲੋਕ ਬੈਠੇ ਨੇ ਝੁੰਡ ਲੈਣ ਡਏ ਨੇ ਅੱਜ। ਉਹ ਪਰ ਕਿਸ਼ਤੀ ਵੀ ਲੱਗੀ ਹੈ, ਬੜਾ ਹੀ ਡੇਂਜਰਸ, ਬੜਾ ਡਰ ਲੱਗਦਾ ਵਾ। ਅਸਲਾਮ ਅਲੈਕਮ, ਅੱਜ ਕਾ ਵਲੋਗ ਕਰਦੇ ਹਾਂ ਸ਼ੁਰੂ। ਅੱਜ ਚਾਂਬਲਿਆਲ ਮੇਲਾ ਲੱਗਾ ਵੇ ਅਤੇ ਅਸੀਂ ਮੇਲੇ 'ਤੇ ਚੱਲੇ ਹਾਂ, ਅਤੇ ਤੁਹਾਨੂੰ ਪਤਾ ਹੈ ਕਿ ਹਾੜ ਦੀ ਦੂਸਰੇ ਜੁਮੇਰਾਤੀ ਜਿਹੜਾ ਨਾ ਮੇਲਾ ਲੱਗਦਾ ਵੇ, ਅਤੇ ਅੱਜ ਜਿਹੜਾ ਨਾ ਅੰਗਰੇਜ਼ੀ ਮਹੀਨਾ 6ਵੇਂ ਮਹੀਨੇ ਦੀ 27 ਤਰੀਕ ਹੈ, ਅਤੇ 6ਵੇਂ ਮਹੀਨੇ ਦੀ 27 ਤਰੀਕ ਨੂੰ ਮੇਲਾ ਲੱਗਦਾ ਵੇ। ਅਤੇ ਹੁਣ ਜਿਹੜਾ ਨਾ ਅਸੀਂ ਬਿਲਕੁਲ ਰੈਡੀ ਹੋ ਗਏ, ਕੱਪੜੇ ਛੱਪੜੇ ਪਾ ਲਏ ਨੇ, ਅਤੇ ਹੁਣ ਅਸੀਂ ਉਹ ਬਿਲਕੁਲ ਇੰਡੀਆ ਦੇ ਬਾਰਡਰ ਦੇ ਉੱਤੇ ਵੇ, ਦਰਬਾਰ ਉਹ ਵਾਲਾ। ਅਤੇ ਹੁਣ ਅਸੀਂ ਜਿਹੜਾ ਨਾ ਨਿਕਲਣਾ ਬਾਹਰ, ਇੱਕ ਮੇਰਾ ਦੋਸਤ ਹੈ ਹਾਫਜ਼ ਹੋ ਰਹੀ, ਅਤੇ ਉਹ ਵੀ ਆ ਗਏ ਹੁਣੇ ਨੇ, ਅਤੇ ਉਹ ਪਹਿਲਾਂ ਹੀ ਆਣ ਕੇ ਖਲੋਤੇ ਨੇ। ਵੇਖੇ ਗੱਡੀ ਵੀ ਰੱਡੀ ਹੈ। ਅਸਲਾਮ ਅਲੈਕਮ ਹਾਫ ਸਾਹਿਬ, ਕੀ ਹਾਲ ਹੈ? ਠੀਕ ਹੋ? ਅਤੇ ਇਹ ਮੇਰੇ ਦੋਸਤ ਨੇ ਹਾਫਜ਼ ਸਾਹਿਬ ਹੋ ਰਹੀ ਨੇ, ਅਤੇ ਅਸੀਂ ਦੋਏ ਜਿਹੜਾ ਨਾ ਚਾਂਬਲਿਆਲ ਦਰਬਾਰ 'ਤੇ ਚੱਲੇ ਹਾਂ, ਮੇਲਾ ਉੱਥੇ ਲੱਗਿਆ ਵੇ, ਅਤੇ ਤੁਹਾਨੂੰ ਅੱਜ ਮੇਲਾ ਵੀ ਵਹਾ ਲਾਂਗੇ, ਅਤੇ ਬੜਾ ਹੀ ਰਸ਼ ਹੈ। ਚੱਲੀਏ ਫਿਰ, ਆਹ ਫਿਰ ਟਾਈਮ ਨਾਲ ਚੱਲੀਏ, ਕਿਉਂਕਿ ਅੱਜ ਮੌਸਮ ਵੀ ਬੜਾ ਠੰਡਾ ਹੋਵੇ। ਗੱਡੀ ਕਰ ਲਈ ਹੈ ਸਟਾਰਟ, ਅਤੇ ਅਸੀਂ ਜਿਹੜਾ ਨਾ ਹੁਣ ਬੈਠ ਚੱਲੇ ਹਾਂ ਗੱਡੀ 'ਤੇ, ਕਿਉਂਕਿ ਟਾਈਮੋ ਟਾਈਮ ਨਿਕਲੀਏ, ਅਤੇ ਟਾਈਮੋ ਟਾਈਮ ਬੰਦਾ ਵਾਪਸੀ ਹੁੰਦਾ। ਮੇਲਾ ਵੀ ਬੜਾ ਹੀ ਪਿਆਰਾ ਅਤੇ ਬੜਾ ਹੀ ਰਸ਼ ਹੈ ਮੇਲੇ ਦੇ ਉੱਤੇ। ਲੰਮੇ ਸਫ਼ਰ 'ਤੇ ਜਾ ਰਹੇ ਹਾਂ, ਅਤੇ ਗੱਡੀ ਦਾ ਥੋੜ੍ਹਾ ਜਿਹਾ ਚੈਨ ਘਸਾ ਲਈਏ, ਤਾਂ ਕਿ ਜਿਹੜਾ ਨਾ ਅਸੀਂ ਈਜ਼ੀ ਹੋਈਏ, ਕਿਉਂਕਿ ਰਾਹ ਦੇ ਵਿੱਚ ਨਾ ਥੋੜ੍ਹੀ ਪ੍ਰੋਬਲਮ ਨਾ ਪਵੇ ਗੱਡੀ ਨੂੰ, ਅਤੇ ਚੈਨ ਡਏ ਨੇ ਭਾਈ ਹੋਰੀ ਕਸਣ। ਰੋਡ ਅਸੀਂ ਨਿਕਲ ਪਏ ਹਾਂ, ਪੰਪ 'ਤੇ ਥੋੜ੍ਹਾ ਜਿਹਾ ਤੇਲ ਪਵਾ ਲਈਏ, ਤਾਂ ਕਿ ਰਾਸਤੇ ਦੇ ਵਿੱਚ ਨਾ ਮੁੱਕੇ ਨਾ ਹਾਇਆ, ਅਤੇ ਵੇਖਿਆ ਪੰਪ ਗੱਡੀਆਂ ਤੇਲ ਪਵਾਉਣ ਡਈਆਂ ਹਨ। ਰੋਡ ਹੀ ਬੜੇ ਖਰਾਬ ਨੇ, ਵੇਖਿਆ ਰਸ਼ ਵੀ ਬੜਾ ਵੇ, ਅਤੇ ਰੋਡ ਵੀ ਬੜੇ ਖਰਾਬ ਨੇ। ਚੁਬਾਰੇ ਸ਼ਹਿਰ 'ਚ ਅਸੀਂ ਅੱਪੜ ਗਏ ਹਾਂ, ਵੇਖਿਆ ਬਾਜ਼ਾਰ ਚੁਬਾਰੇ ਸ਼ਹਿਰ ਵਾਲਾ ਹੀ ਹੈ, ਅਤੇ ਇਸ ਤੋਂ ਅੱਗੇ ਜਿਹੜਾ ਨਾ ਬਾਰਡਰ 'ਤੇ ਹਦੂਦ ਜਿਹੜੀ ਨਾ ਸ਼ੁਰੂ ਹੋ ਜਾਣੀ ਹੈ। ਅਭੀ ਜੋ ਹੈ ਨਾ ਸਬਲ ਸਪੀਡ ਮੋੜ 'ਤੇ ਖੜ੍ਹੇ ਹਾਂ, ਗਾੜੀ ਬੰਦ ਕੀ ਆ, ਅਤੇ ਇਹ ਜੋ ਹੈ ਨਾ ਰਾਸਤਾ ਸਿਆਲਕੋਟ ਕੀ ਤਰਫ ਜਾਤਾ ਹੈ, ਤੋ ਇਹ ਆ ਜਾਣਾ ਸ਼ਕਰਗੜ੍ਹ ਕੀ ਤਰਫ ਹੈ, ਤੋ ਉਹ ਜੋ ਆਗੇ ਰਾਸਤਾ ਹੈ ਨਾ, ਉਹ ਇੰਡੀਆ ਕੀ ਬਾਰਡਰ ਮੇਂ ਜਾਏਗਾ ਉਧਰ। ਉਥੋਂ ਕਿੰਨਾ ਰਸ਼ ਹੈ ਭਾਈ, ਉਹ ਰੰਟਾ ਬਣਾਇਆ ਪਾਣੀ ਦਾ, ਅਤੇ ਆਵਾਮ ਨੂੰ ਪਾਣੀ ਪਿਆਉਂਦੇ ਨੇ ਫਿਰ ਡੱਕ ਡੱਕ ਨਾ। ਮੇਲੇ ਦੀ ਖੁਸ਼ੀ ਦੇ ਵਿੱਚ ਚਾਂਬਲਿਆਲ ਦਰਬਾਰ 'ਤੇ ਮੇਲਾ ਲੱਗਿਆ ਨਾ, ਅਤੇ ਹਰ ਸਾਲ ਪਾਣੀ ਪਿਆਉਂਦੇ ਨੇ, ਜਿੱਦਾਂ ਪਿੱਛੇ ਪਾਣੀ ਪੀ ਲਿਆ, ਅਤੇ ਹੁਣ ਫਿਰ ਰਸ਼ ਪੈ ਗਿਆ ਪਿੱਛੇ ਬੜਾ। ਇਹ ਜੇ ਚੈੱਕ ਪੋਸਟ, ਇਹ ਪਾਕਿਸਤਾਨ ਦੀ ਹੈ, ਉਹ ਜਿਹੜੀ ਨਾ ਇੰਡੀਆ ਦੀ ਹੈ, ਨਾਲੋ ਨਾਲ ਹੀ ਨਜ਼ਦੀਕ ਹੀ ਨੇ ਚੈੱਕ ਪੋਸਟਾਂ ਦੋਵੇਂ ਬਾਰਡਰ 'ਤੇ, ਇੰਡੀਆ ਪਾਕਿਸਤਾਨ ਦੀ। ਇਹ ਜਦੀ ਮੇਲਾ ਲੱਗਾ ਵੇ, ਹਈਏ ਮੇਲੇ ਦੇ ਅੰਦਰ ਨਹੀਂ ਦਾਖਲ ਹੋਏ ਹੈ, ਅਤੇ ਵੇਖੋ ਰਸ਼ ਕਿੰਨਾ, ਬੰਨਾਂ ਦੇ ਉੱਤੇ ਵਾਮ ਚੜ੍ਹੀ ਹੈ, ਅਤੇ ਇਹ ਲੋਕ ਨਹਾਉਣ ਡਏ ਨੇ, ਯਾਨੀ ਕਿ ਜਿੰਨਾ ਇੱਥੇ ਸੁੱਖਣਾ ਸੁੱਖੀ ਹੁੰਦੀ ਹੈ, ਨਹਾਉਂਦੇ ਨੇ ਆਣ ਕੇ, ਕਿਉਂਕਿ ਜਿਹੜੀ ਖਾਰਿਸ਼ ਖੁਰਸ਼ ਪਈ ਹੁੰਦੀ ਹੈ, ਮਿੱਟੀ ਛਿੱਟੀ ਲਾ ਕੇ ਅਤੇ ਨਹਾਉਂਦੇ ਨੇ, ਅਤੇ ਉਹ ਖਾਰਿਸ਼ ਜਿਹੜੀ ਨਾ ਖਤਮ ਹੋ ਜਾਂਦੀ ਚੰਬਲ ਛੰਬਲ, ਅਤੇ ਹੁਣ ਅਸੀਂ ਅੱਗੇ ਜਿਹੜਾ ਨਾ ਜਾਂਦੇ ਹਾਂ। ਲਓ ਜੀ, ਮੇਲੇ 'ਚ ਅੱਪੜ ਗਿਆ ਤਾਂ ਹਾਫਜ਼ ਹੋਰੀ ਗਏ ਨੇ, ਅਤੇ ਗੱਡੀ ਜਿਹੜਾ ਨਾ ਪਾਰਕਿੰਗ ਲਾਉਣ, ਅਤੇ ਹੁਣ ਜਿਹੜਾ ਮੇਲਾ ਤੁਹਾਨੂੰ ਬਹਾਨੇ ਆ ਸਾਰਾ ਚਾਂਬਲਿਆਲ ਵਾਲਾ। ਇਹ ਵੇਖੋ ਵਾਮ ਰਸ਼ ਕਿੰਨਾ ਪਿਆ, ਢੋਲ ਵੱਜਦੇ ਨੇ ਪਏ ਹਰ ਪਾਸੇ, ਵਾਮ ਹੀ ਵਾਮ ਹੈ ਹਰ ਪਾਸੇ। ਗੱਡੀ ਜਿਹੜੀ ਨਾ ਆਹ ਪਾਰਕਿੰਗ ਲਾ ਖੜੀ, ਉਹਨਾਂ ਆਖਿਆ 50 ਰੁਪਏ ਟੋਕਨ ਦਿੰਦੇ, ਇੱਥੇ ਸੇਫਟੀ ਰਹੇਗੀ। ਕੀ ਨਜ਼ਾਰੇ ਨੇ ਵੇਖੋ, ਰਸ਼ ਹੀ ਰਸ਼ ਹੈ ਹਰ ਪਾਸੇ। ਮੈਂ ਪਹਿਲੀ ਵਾਰੀ ਆਇਆ ਮੈਂ ਰਸ਼ ਮੇਲੇ 'ਤੇ, ਕਿ ਇੰਨਾ ਰਸ਼ ਮੇਲੇ ਦੇ ਉੱਤੇ ਵੇਖੋ। ਢੋਲ ਵੱਜਦੇ ਨੇ ਪਏ,
ਤੇ ਚੂੜੀਆਂ ਵਾਲੀਆਂ ਤੇ ਖਿਡੌਣੇ ਵਾਲੀਆਂ ਦੁਕਾਨਾਂ ਲੱਗੀਆਂ ਹਨ। ਤੋੜੋ ਤੋੜ, ਰਸ਼ ਹੀ ਬੜਾ ਵੇ, ਵੇਖਿਆ ਵਾਮ ਆ ਰਹੀ ਹੈ। ਤੇ ਅਸੀਂ ਵੀ ਚੱਲੇ ਹਾਂ ਅੱਗੇ ਦਰਬਾਰ 'ਤੇ ਆਏ ਹਾਂ ਤੇ ਸਾਰਾ ਫਿਰਨਾ ਚਾਹੀਦਾ ਦਰਬਾਰ। ਇਹ ਨਹਿਰ ਏ, ਨਾਲਾ ਵੇ, ਅਤੇ ਉਹ ਬੰਦੇ ਨਹਾਉਣ ਡਏ ਨੇ। ਸ਼ਿਫਾ ਮਿਲੇਗੀ ਉਹਨਾਂ ਨੂੰ ਜਿਹੜੇ ਕੋਈ ਖਾਰਸ ਜਿਹਨੂੰ ਪਈ ਹੈ ਨਾ, ਖੁਰਕ ਹੁੰਦੀ ਹੈ ਜਿਹਨੂੰ ਚੰਬਲ ਹੋਈ, ਉਹ ਇੱਥੇ ਨਹਾਏਗਾ ਆਣ ਕੇ ਅਤੇ ਸਹੀ ਹੋਈ ਹੈਗਾ। ਇਹ ਨਾਲ ਇੱਦਾਂ ਦੇਖਿਆ ਰਸ਼ ਪਿਆ, ਇਹ ਨਾਲਾ ਮਗਰ ਜਾਣੀ ਕਿ ਹਰ ਪਾਸੇ ਰਸ਼ ਹੀ ਰਸ਼ ਹੈ ਜਿੱਧਰ ਵੀ ਤੁਸੀਂ ਵੇਖੋਗੇ। ਬੰਨ ਦੇ ਉੱਤੇ ਅਸੀਂ ਵੀ ਚੜ੍ਹੇ ਹਾਂ ਅਤੇ ਬੰਨ ਤੋਂ ਵੀ ਜਾ ਕੇ ਨਜ਼ਾਰਾ ਲੈਂਦੇ ਹਾਂ ਉੱਤੇ ਜਾ ਕੇ। ਜਿੱਧਰ ਵੇਖੋਗੇ ਰਸ਼ ਹੀ ਰਸ਼ ਤੁਹਾਨੂੰ ਨਜ਼ਰ ਆਏਗਾ ਬੰਨ ਦੇ ਉੱਤੇ ਵੀ। ਅਤੇ ਪਰ ਨਹਿਰ ਹੈ, ਇੱਥੋਂ ਨਹਿਰ ਤੋਂ ਦੀ ਕੋਈ ਬੰਦਾ ਵੀ ਡਿੱਗ ਪਿਆ ਨਾ ਤਾਂ ਸਮਝੋ ਗਿਆ। ਬੰਨ ਵੀ ਜਿਹੜਾ ਨਾ ਬੜਾ ਹੀ ਡੇਂਜਰਸ ਹੈ, ਅਤੇ ਇਹਦੇ ਤੋਂ ਤੁਰ ਕੇ ਜਾਣ ਡਏ ਆ ਅਤੇ ਉਹ ਵੇਖਿਆ ਨਹਾਉਣ ਡਏ ਉਹ ਬੰਨ ਦੇ ਵਿੱਚ। ਉਹ ਵੇਖੋ ਬੰਨ ਦੇ ਉੱਤੇ ਖਲੋ ਕੇ ਤੁਹਾਨੂੰ ਮੇਲੇ ਦਾ ਨਜ਼ਾਰਾ ਵਹਾਉਣ ਡਏ ਆ। ਵੇਖੋ ਕਿਸ਼ਤੀਆਂ ਵੀ ਲੱਗੀ ਹੈ, ਉਹ ਪਰ ਪੰਘੂੜੇ ਨੇ ਅਤੇ ਰਸ਼ ਕਿੰਨਾ ਵੇਖੋ। ਅਤੇ ਇਹ ਬੰਨ ਜਿੱਥੇ ਵਾਮ ਚੜ੍ਹੀ ਹੈ ਅਤੇ ਲੋਕ ਨਹਾਉਣ ਡਏ ਨੇ, ਉਹ ਵੀ ਵਹਿੰਦੇ ਨੇ ਫਿਰ ਉਹ ਦੇ ਬੰਦੇ ਨਹਾਉਣ ਡਏ। ਵੇਖੋ ਇਹ ਜੇ ਨਹਾਉਣ ਡੇ ਇੱਥੋਂ ਤੁਹਾਨੂੰ ਸਹੀ ਨਜ਼ਰ ਆਉਣਗੇ। ਇਹ ਵੇਖਿਆ ਟੂਬਲ ਹੈ ਚੱਲਦਾ ਅਤੇ ਪਾਣੀ ਸੁੱਟਦਾ ਵੇ, ਉਹ ਦੇ ਨਹਾਉਂਦੇ ਪਏ। ਵੇਖਿਆ ਮੇਨ ਰੋਡ ਹੈ ਅਤੇ ਵਾਮ ਮੇਲੇ 'ਤੇ ਆਉਂਦੀ ਹੈ ਪਈ ਅਤੇ ਜਾਂਦੀ ਹੈ ਪਈ, ਅਤੇ ਇਹ ਵਾਮ ਆਉਣ ਵੀ ਡਈ ਹੈ ਅਤੇ ਜਾਣ ਵੀ ਡਈ ਹੈ। ਇਹ ਜੇ ਹਨਾਰ ਪਰਾਂ ਦੁਕਾਨਾਂ ਵੀ ਲੱਗੀਆਂ ਹਨ ਅਤੇ ਹਾੜ ਦੀ ਦੂਸਰੀ ਜੁਮੇਰਾ 'ਤੇ ਜਿਹੜਾ ਨਾ ਮੇਲਾ ਲੱਗਦਾ ਵੇ ਚੰਬਲਿਆ ਵਾਲਾ, ਹਾੜ ਦੀ ਦੂਸਰੀ ਜੁਮੇਰਾ 'ਤੇ ਅੱਜ ਦੂਸਰੀ ਜੁਮੇਰਾ ਆ ਰਹੀ ਹੈ ਅਤੇ ਮੇਲਾ ਲੱਗਾ ਵੇ, ਗਰਮੀ ਵੀ ਬੜੀ ਹੈ ਤੇ ਰਸ਼ ਵੀ ਬੜਾ ਵੇ। ਤੇ ਅੱਗੇ ਵੀ ਆਮ ਬੜੀ ਹੈ ਸਾਡੇ ਸਾਰੀਆਂ ਦੁਕਾਨਾਂ ਮੇਸੂਆਂ ਦੀਆਂ ਤੇ ਜਲੇਬੀਆਂ ਦੀਆਂ ਨੇ। ਇੱਧਰ ਸੋਲਰ ਵੀ ਉਹਨਾਂ ਲਾਏ ਨੇ, ਵੇਖੋ ਕਿੰਨੇ ਸੋਲਰ ਨੇ। ਟੋਟਲ ਦੁਕਾਨਾਂ ਜਿਹੜੀਆਂ ਨੇ ਮੇਸੂਆਂ ਜਲੇਬੀਆਂ ਦੀਆਂ ਨੇ। ਇਹ ਵੇਖੋ ਪਕੌੜੇ ਨਿਕਲਦੇ ਨੇ ਪਏ, ਕੋਈ ਗਾਹਕ ਨਹੀਂ ਪੈਣ ਡਿਆ, ਆ ਜਾਂਦਾ ਗਾਹਕ, ਮੌਸਮ ਠੰਡਾ ਹੁੰਦਾ। ਦੇਖੋ ਇੰਨੀਆਂ ਦੁਕਾਨਾਂ ਨੇ ਅਤੇ ਦੁਕਾਨਾਂ ਮੁੱਕਣ 'ਚ ਨਹੀਂ ਆਉਂਦੀਆਂ ਹੈ ਅਤੇ ਪਾਣੀ ਤਾਂ ਹਰ ਪਾਸੇ ਪਾਣੀ ਲੱਗਾ ਪਿਆ ਵੇ, ਪਾਣ ਵੀ ਖਾਓ ਤੁਸੀਂ। ਇਹ ਜੇ ਗੱਡੀਆਂ ਪਾਣੀ ਵਾਲੀਆਂ, ਇੱਧਰ ਝੂਲੇ ਲੱਗੇ ਨੇ ਪੰਘੂੜੇ ਅਤੇ ਅਸੀਂ ਉੱਧਰ ਵੀ ਚੱਲੇ ਹਾਂ ਜ਼ਰਾ, ਇੱਥੇ ਪੰਘੂੜੇ ਵੀ ਜ਼ਰਾ ਵੇਖੀਏ। ਜੰਗਲੀ ਜਾਨਵਰ ਨੇ ਇੱਥੇ ਬੜੇ ਬੜੇ ਡੇਂਜਰਸ ਨੇ ਜਾਨਵਰ, ਜਾ ਕੇ ਅੰਦਰ ਵੇਖ ਸਕਦੇ ਹੋ ਤੁਸੀਂ। ਲੱਕਾਂ ਨੇ ਦੂਰ ਕੱਢਨੇ, ਇਸ ਗਾਂ ਨੂੰ ਦੁਨੀਆ ਬੜੀ ਦੂਰੋਂ ਦੂਰੋਂ ਵੇਖਣ ਵਾਸਤੇ ਆ ਰਹੀ ਹੈ। ਜ਼ਿੰਦਗੀ 'ਚ ਪਹਿਲੀ ਵਾਰ ਵੇਖੋ ਤੇ ਅੰਦਰ ਵੇਂਦੇ ਨੇ, ਅੱਲਾ ਦੀ ਸ਼ਾਨ ਵੇਖੋ, ਕੁਦਰਤ ਵਾਲੇ ਦੇ ਕੰਮ ਵੇਖੋ। ਇਹ ਜੇ ਜੀ ਟ੍ਰੇਨ ਚੱਲਦੀ ਪਈ, ਬੰਦੇ ਉੱਤੇ ਬੈਠੇ ਨੇ ਝੂੰਡਾ ਲੈ ਸਕਦੇ ਨੇ ਭਾਈ, ਸਾਨੂੰ ਦੇ ਚੱਕਰ ਆਉਂਦੇ ਨੇ ਆਹਾਂ ਨੇ ਜਾਣੇ ਦੇਖੋ।
ਨਿੰਬੂ ਪਾਣੀ ਵੀ ਲੱਗਿਆ, ਗਰਮੀ ਦੇ ਵਿੱਚ ਨਿੰਬੂ ਪਾਣੀ ਵੀ ਪੀਵੋ, ਇਹੋ ਜਿਹਾ ਸਵਾਦ ਹੋਰ ਨਿੰਬੂ ਪਾਣੀ ਬਣਾਇਆ। ਰੀਜਨਲ ਦਰਬਾਰ ਜਿਹੜਾ ਨਾ ਇੰਡੀਆ ਦੇ ਵਿੱਚ ਉਂਝ ਮਤਵਾਲੀ ਬਣੇ ਨੇ, ਗੱਦੀ ਮਸ਼ੀਰ ਨੇ ਅਤੇ ਇਹ ਉਹਨਾਂ ਦੇ ਦਰਬਾਰ ਨੇ ਇੱਥੇ, ਲੇਕਿਨ ਰੀਜਨਲ ਜਿਹੜਾ ਨਾ ਇੰਡੀਆ ਦੇ ਵਿੱਚ ਅਤੇ ਇਹ ਬਾਜ਼ਾਰ ਨਾਲ ਰਸ਼ ਹੀ ਬੇਸਾਬ ਹੈ। ਦੋ ਤਿੰਨ ਇੱਧਰ ਜਿਹੜੇ ਨਾ ਮਤਵਾਲੀ ਬਣੇ ਨੇ ਦਰਬਾਰ ਨੇ ਉਹਨਾਂ ਦੇ ਛੋਟੇ ਛੋਟੇ। ਇਹ ਤਾਂ ਜਿਹੜੀ ਕਿਸੇ ਮੰਨਤ ਮੰਗੀ ਹੁੰਦੀ ਹੈ ਨਾ, ਆਟਾ ਦਾਣੇ ਚੌਲ ਲੋਕ ਛਾਪਰਾਂ ਦੇ ਵਿੱਚ ਪਾ ਕੇ ਅਤੇ ਲੈ ਕੇ ਆਉਂਦੇ ਨੇ। ਇਹ ਵੇਖਿਆ ਦਰਬਾਰ ਆ ਵੀ ਮਤਵਾਲੀ ਨੇ ਅਤੇ ਇੱਧਰ ਹੈ ਨੇ ਗੱਦੀ ਮਸ਼ੀਨ ਦਰਬਾਰ ਦੇ। ਭਾਈ ਹੋਰਾਂ ਨੇ ਸੱਪ ਫੜਿਆ ਅਤੇ ਬੜਾ ਹੀ ਵੱਡਾ ਸੱਪ ਹੈ ਅਤੇ ਸਾਨੂੰ ਆਹ ਚ ਫੜ ਲਓ ਅਤੇ ਨਾ ਭਾਈ ਸਾਨੂੰ ਤਾਂ ਡਰ ਲੱਗਦਾ ਵੇ ਪਿਆ। ਇਹ ਭਾਈ ਹੋਰੀ ਨੇ ਅਤੇ ਇਹ ਵੇਖੋ ਨਾ ਸੱਪ ਫੜਿਆ। ਅਤੇ ਇਹ ਕਿ ਸਾਜੀ ਮਦਾਰੀ ਕਰਦੇ ਨਾਲ ਕਿਉਂ ਜੀ ਹੈ ਜਿਹਨੇ ਗੁੱਗੇ ਪੀਰ ਦਾ ਉਹ ਥੱਲੇ ਡਿੱਗ ਪਿਆ ਜੇ ਫੜ ਲਓ। ਗੱਦੀ ਮਸ਼ੀਰ ਹੈ ਵੀ ਦਰਬਾਰ ਇੱਕ ਅਤੇ ਇੱਕ ਉਹ ਦੂਸਰੀ ਸਾਈਡ ਹੈ ਦਰਬਾਰ, ਉਹ ਵੀ ਗੱਦੀ ਮਸ਼ੀਰ ਨੇ ਜਿਹੜੀ ਕਿ 5-6 ਨੇ ਅਤੇ ਗੱਦੀ ਮਸ਼ੀਰ ਨੇ ਜਿਹੜੇ। ਇਸ ਤੋਂ ਪਰ ਨਾਲ ਚੈੱਕ ਪੋਸਟ ਵੀ ਹੈ ਇੰਡੀਆ ਅਤੇ ਪਾਕਿਸਤਾਨ ਦੀ, ਉਹ ਅਜੇ ਪਰਾਂ ਚੈੱਕ ਪੋਸਟ ਹੈ ਫੌਜੀ ਨੇ ਨਾਲ ਪਰਾਂ ਚੈੱਕ ਪੋਸਟ ਵੇਖਿਆ। ਇਹ ਮੇਨ ਚੌਂਕ ਹੈ ਚਾਂਬਲਿਆਲ ਦਰਬਾਰ ਦਾ ਜਿਹੜਾ ਨਾ, ਇਹ ਵੇਖੋ ਇੱਕ ਹੈ ਗੱਦੀ ਮਸ਼ੀਨ ਅਤੇ ਦੋ ਪਰਾਂ ਨੇ ਅਤੇ ਇੱਕ ਉਹ ਵੇ, ਇਹ ਯਾਨੀ ਕਿ ਇੱਥੇ ਮੋੜ 'ਤੇ ਜਿਹੜੇ ਨਾ 4-5 ਰਾਹ ਲੱਗਦੇ ਨੇ, ਹਰ ਪਾਸੇ ਵਾਮ ਆਉਣ ਡੇ ਹੀ ਹੈ ਵੇਖੋ ਤੁਸੀਂ, ਅਤੇ ਹਰ ਪਾਸਿਓਂ ਵਾਮ ਹੀ ਵਾਮ ਆ ਰਹੀ ਹੈ ਮੇਰੇ ਮਗਰ ਰਸ਼ ਹੀ ਬੜਾ ਵੇ, ਥੱਕ ਗਏ ਲੱਤਾਂ ਭੀੜ ਕਰਨ ਲੱਗ ਪਈਆਂ ਨੇ ਸਾਡੀਆਂ। ਸੱਪ ਵਾਲੇ ਨੇ ਵੀ ਮਦਾਰੀ ਲਾਈ ਹੈ ਅਤੇ ਉਹ ਵੀ ਤੁਹਾਨੂੰ ਬਹਾਨੇ ਆ। ਆਵਾਮ ਜਿਹੜੀ ਹੈ ਨਾ ਸੱਪ ਦੀ ਮਦਾਰੀ ਵੇਖਣ ਲਈ ਖਲੋਤੀ ਹੈ। ਉਹ ਪਟਾਰੀਆਂ ਲਾਈਆਂ ਹਨ ਸੱਪ ਕੱਢੇਗਾ, ਮੱਝਾਂ ਵੇਖੋ ਕਿੰਨਾ ਜ਼ਿਆਦਾ ਹੋ ਗਿਆ, ਉਹ ਪਟਾਰੀ ਤੋਂ ਸੱਪ ਕੱਢਣ ਲੱਗਾ। ਜਿੱਥੇ ਖਲੋ ਕੇ ਦਰਬਾਰ ਲਈ ਦੁਆ ਕਰਦੇ ਨੇ ਨਾ ਬੰਦੇ, ਉੱਥੇ ਤੁਹਾਨੂੰ ਜਾ ਕੇ ਬਹਾਨੇ ਆ। ਮੈਂ ਵੇਖਿਆ ਇੱਥੇ ਖਲੋਤੇ ਨੇ ਨਾ ਦਰਬਾਰ ਵੱਲ ਨੂੰ ਮੂੰਹ ਕਰਕੇ ਸਾਰੇ ਬੰਦੇ ਦੁਆ ਡਏ ਨੇ ਕਰਨ, ਅਤੇ ਉਹ ਪਰਾਂ ਜਿਹੜਾ ਨਾ ਦਰਬਾਰ ਲੱਗੇ ਦੁਆ ਕਰਨ, ਵੇਖਿਆ ਨਾਲ ਪਰਾਂ ਫੌਜੀ ਖਲੋਤੇ ਨੇ। ਉਹ ਸਾਹਮਣੇ ਪਰਾਂ ਦਰਬਾਰ ਹੀ ਹੈ ਇੱਥੇ, ਕਿਉਂਕਿ ਇਸ ਤੋਂ ਅੱਗੇ ਜਿਹੜਾ ਨਾ ਮੰਗਣੀ ਮੈਂ ਇੱਥੇ ਹੀ ਖਲੋ ਕੇ ਅਤੇ ਦੁਆ ਕਰਨੀ ਹੈ, ਜਿੰਨਾ ਵੀ ਕਰਨੀ ਹੈ ਗਾਹ ਨਹੀਂ ਜਾਣਾ ਹੈ ਅਤੇ ਸਾਰੇ ਦੁਆ ਕਰਦੇ ਨੇ। ਦੁਪਹਿਰ ਦਾ 1 ਗਿਆ ਅਤੇ ਰੋਟੀ ਦਾ ਟਾਈਮ ਹੋਇਆ ਅਤੇ ਰੋਟੀ ਖਾ ਲਈਏ। ਇਹ ਹੋਟਲ ਵੀ ਆ ਗਿਆ ਰੋਟੀ ਵਾਲਾ ਅਤੇ ਭੁੱਖ ਬੜੀ ਲੱਗੀ ਹੈ ਅਤੇ ਪਹਿਲਾਂ ਰੋਟੀ ਖਾਂਦੇ ਹਾਂ ਅਤੇ ਫਿਰ ਬਾਅਦ 'ਚ ਫਿਰ ਮੇਲਾ ਦਿੰਦੇ ਹਾਂ। ਅੱਜ ਰੋਟੀ ਜੀ ਸਬਜ਼ੀਆਂ ਪੱਕੀਆਂ ਅੱਜ ਕੀ ਸਬਜ਼ੀ ਜੇ ਸਬਜ਼ੀ ਸ਼ਿਮਲਾ ਮਿਰਚ ਆਲੂ, ਬਸ ਸ਼ਿਮਲਾ ਮਿਰਚ ਆਲੂ ਸਹੀ ਹੈ ਇਹ ਸਾਲਨ ਨੇ। ਇਹ ਭਾਈ ਹੋਰੀ ਵੇਖਿਆ ਰੋਟੀ ਡੇ ਨੇ ਬੰਗਾਲ ਤੰਦੂਰ 'ਤੇ, ਮੰਜੀ 'ਤੇ ਬਹਿ ਗਏ ਹਾਂ ਅਤੇ ਮੰਜੀ 'ਤੇ ਬਹਿ ਕੇ ਰੋਟੀ ਖਾਂਦੇ ਹਾਂ, ਜ਼ਰਾ ਸਕੂਨ ਦੇ ਨਾਲ ਹੀ ਜੀ ਮਾਹੌਲ ਦੇ ਨਾਲ ਆਰਡਰ ਦੇਖ ਰਿਹਾ ਰੋਟੀ ਦਾ ਅਤੇ ਰੋਟੀ ਆ ਚੱਲੀ ਹੈ ਹੁਣੇ। ਇਹ ਜੀ ਸਾਡੀ ਰੋਟੀ ਆ ਗਈ, ਭਰੋ ਜੀ ਸਬਜ਼ੀ ਅਤੇ ਨਾਲ ਦੇਸੀ ਰੋਟੀ, ਹਫ ਸਭ ਖਾਓ ਜ਼ਰਾ ਰੱਜ ਕੇ ਰੋਟੀ। ਚਲੋ ਜੀ ਰੋਟੀ ਖਾ ਲਈਏ, ਲਓ ਜੀ ਖਾਣਾ ਸ਼ਾਨਾ ਖਾ ਲਈਏ, ਹਮਨੇ ਪੇਟ ਪੂਜਾ ਕਰ ਲਈ ਹੈ, ਜੋ ਨਾ ਵੀ
ਫਿਰ ਮੇਲੇ ਕੀ ਤਰਫ ਚਲਦੇ ਹਾਂ। ਜਲੇਬੀਆਂ ਤਾਂ ਆਦੀਆਂ ਨਿਕਲਦੀਆਂ ਹਨ ਪਈਆਂ ਅਤੇ ਥੋੜ੍ਹੀਆਂ ਜਿਹੀਆਂ ਜਲੇਬੀਆਂ ਲਈਆਂ ਨੇ, ਖਾ ਕੇ ਚੈੱਕ ਕਰਨੇ ਨਾਲ ਜਲੇਬੀਆਂ ਨੂੰ ਮਿੱਠਾ ਕਰਨਾ ਚਾਹੀਦਾ। ਮੇਲੇ 'ਤੇ ਬੰਦਾ ਆਏ ਤਾਂ ਜਲੇਬੀਆਂ ਨਾ ਖਾਏ ਤਾਂ ਮਜ਼ਾ ਹੀ ਨਹੀਂ ਆਉਂਦਾ। ਤੁਸੀਂ ਖੁਸ਼ ਰਹੇ ਨੱਚਣ ਡੇ ਵੇਖੋ। ਲਓ ਜੀ ਗੱਡੀ ਲੈਣ ਦੀ ਆ ਹਫਜ਼ ਹੋਰਾਂ ਨੇ, ਵੇਖਿਆ ਗੱਡੀ ਸਾਡੀ ਆ ਗਈ ਹੈ। ਅਤੇ ਹਮਾਰਾ ਅੱਜ ਕਾ ਵਲੋਗ ਇੱਧਰ ਹੀ ਖਤਮ ਕਰਦੇ ਹਾਂ, ਇਨਸ਼ਾਅੱਲਾ ਮਿਲਾਂਗੇ ਨੈਕਸਟ ਨਿਊ ਵਲੋਗ 'ਤੇ। ਅੱਲਾ ਹਾਫਿਜ਼ ਟਾਟਾ ਬਾਏ ਬਾਏ ਅੱਲਾ ਹਾਫਿਜ਼। ਕਿਉਂਕਿ 4 ਵੱਜ ਗਏ ਨੇ ਅਤੇ ਬੜਾ ਮੇਲਾ ਫਿਰਿਆ, ਇੰਜੋਏ ਕੀਤਾ ਅਤੇ ਹੁਣ ਹਨੇਰਾ ਪੈਣ ਡਿਆ ਅਤੇ ਅਸੀਂ ਦੂਰ ਜਾਣਾ ਅਤੇ ਚੱਲੀਏ ਹੁਣ। ਗੱਡੀ ਸਾਡੀ ਵੇਖਿਆ ਕਰ ਲਈ, ਆਇਓ ਹਾਫਿਜ਼ ਚੱਲੀਏ ਗੱਡੀ ਲੈਣ ਦੀ, ਆਇਓ ਚੱਲੀਏ ਹੁਣ। ਓਕੇ ਜੀ ਟਾਟਾ ਬਾਏ ਬਾਏ।